एमएलए चौधरी सुरेंद्र सिंह वालों करतारपुर लई राशन जारी। पंजाब सरकार वालों कोरोना महामारी के भयानक समय विच आम जनता नूं राहत पहुंचाउण वास्ते समय समय से राशन समगरी वंडी गई। करतारपुर हल्के विच भी विधायक चौधरी सुरेंद्र सिंह की देखरेख हेठ दर्जना वारी सरकार वालों जारी राशन वंडिया गया। इस लड़ी के तहत अज भी राशन का ट्रक आया, जिस संबंधी जानकारी देंदिया चौधरी सुरेंद्र सिंह ने दसिया कि पहला भी कई बार राशन शहर अते पेंडू खेतरां विच वंडिया गया। अज भी शहर के 15 वार्डां विच वंडन वास्ते हरेक कौंसलर नूं 100-100 थैले प्रति वार्ड जारी किया गया, जो अपने वार्डां विच जरूरतमंद परिवारां नूं तकसीम करनगे। इस मौके ते तहसीलदार मनोहर लाल, DSP परमिंदर सिंह, थाना मुखी सिकंदर सिंह, राजकुमार अरोड़ा चेयरमैन मार्केट कमेटी प्रिंस अरोड़ा, कौंसलर वेद प्रकाश शहरी, प्रधान नाथी राम, ओंकार सिंह मिठू, गुरदीप मिंटू, दलबीर सिंह हीरा, लाल खोसला, कुलविंदर कौर, तेजपाल सिंह अते होर हाजिर सन। पेशा करतारपुर तो शिव कुमार राजू की यह रिपोर्ट। राशन बंड रहे बारे जानकारी दो। तुहानू सारे नू पता कि जदों दी अपने दुनिया दे विच करोना की महामारी आई है COVID-19 उदों तो सब तो पहला साढ़े पंजाब के मुख्यमंत्री कैप्टन अमरिंदर सिंह जी ने यह दूजा जिहड़ा लॉकडाउन शुरू किया सी, जिहड़ा कि बाकी बाद विच सारियां स्टेटां ने फॉलो किया और जिहदे करके अज आपां सारे हिंदुस्तान दे विच दूजियां कंट्रियां दे मुकाबले ਆਪਾਂ ਜਿਹੜਾ ਹੈਗਾ ਇਹਦੀ ਜਿਹੜੀ ਮੈਨੇਜਮੈਂਟ ਹੈ ਕੋਵਿਡ ਕੰਟਰੋਲ ਕਰਨ ਦੀ ਮੈਨੇਜਮੈਂਟ ਔਰ ਕੋਵਿਡ ਨੂੰ ਮਤਲਬ ਦੂਰ ਰੱਖਣ ਦਾ ਜਿਹੜਾ ਸਾਰਾ ਸਿਸਟਮ ਸੀ ਆਪਾਂ ਸਾਰਾ ਹਿੰਦੁਸਤਾਨ ਦੇ ਵਿੱਚ ਹੋਇਆ ਔਰ ਅੱਜ ਇਹ ਆਪਣਾ ਜੇ ਬਚਾਅ ਆ ਜੇ ਤਾਂ ਇਸ ਕਰਕੇ ਹੀ ਹੈ। ਸੋ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਔਰ ਉਹਨਾਂ ਦੀ ਰਹਿਨਮਾਈ ਦੇ ਵਿੱਚ, ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਮਹਾਂਮਾਰੀ ਦੇ ਵਿੱਚ ਰਾਸ਼ਨ ਦੀ ਸੀ, ਕਿਉਂਕਿ ਲੋਕਡਾਊਨ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਹੈ, ਗਰੀਬ ਪਰਿਵਾਰ ਹੈ, ਜਿਨ੍ਹਾਂ ਨੇ ਸਾਰਾ ਦਿਨ ਕੰਮ ਕਰਨਾ ਹੁੰਦਾ ਸੀ ਔਰ ਆਪਣਾ ਦੂਜਾ ਰੋਜ਼ੀ ਰੋਟੀ ਕਮਾਉਣੀ ਹੁੰਦੀ ਸੀ, ਉਹਨਾਂ ਨੂੰ ਬੜੀ ਪ੍ਰੋਬਲਮ ਸੀਗੀ ਔਰ ਮੈਂ ਇਹ ਤਾਂ ਨਹੀਂ ਕਹਿ ਸਕਦਾ ਪਰ ਮੈਂ ਇੰਨੀ ਕੋਸ਼ਿਸ਼ ਜ਼ਰੂਰ ਕੀਤੀ ਕਿ ਸਾਰੇ ਹਲਕੇ ਦੇ ਵਿੱਚ, ਕਰਤਾਰਪੁਰ ਦੇ ਹਰ ਪਿੰਡ ਦੇ ਵਿੱਚ, ਕਰਤਾਰਪੁਰ ਦੇ ਸ਼ਹਿਰ ਦੇ ਵਿੱਚ, ਹਰ ਮੁਹੱਲੇ ਦੇ ਵਿੱਚ ਮੈਂ ਹਰ ਵਾਰਡ ਦੇ ਵਿੱਚ ਕੋਸ਼ਿਸ਼ ਕੀਤੀ ਕਿ ਮੈਂ ਵੱਧ ਤੋਂ ਵੱਧ ਜਿਹੜਾ ਹੈਗਾ ਮਤਲਬ ਹਰ ਗਰੀਬ ਬੰਦੇ ਤੱਕ, ਜ਼ਰੂਰਤਮੰਦ ਬੰਦੇ ਤੱਕ ਜਿਹੜਾ ਰਾਸ਼ਨ ਹੈ ਉਹ ਪਹੁੰਚ ਜਾਏ ਔਰ 35 ਟਰੱਕ ਮੈਂ ਇਸ ਤੋਂ ਪਹਿਲਾਂ ਸਾਰੇ ਆਪਣੇ ਕਰਤਾਰਪੁਰ ਦੇ ਹਲਕੇ ਦੇ ਵਿੱਚ ਵੰਡ ਚੁੱਕਾ ਔਰ ਅੱਜ ਫਿਰ ਮੈਂ ਦੂਜਾ ਪੰਜਾਬ ਦੀ ਸਰਕਾਰ ਤੋਂ ਮੈਂ ਫਿਰ 2000 ਪੈਕਟ ਮੰਗਵਾਇਆ ਸੀਗਾ ਜਿਹੜਾ ਕਿ ਜਿਨ੍ਹਾਂ ਨੂੰ ਕਿਸੇ ਵਜ੍ਹਾ ਕਾਰਨ ਜਿਹਦਾ ਕੋਈ ਨੀਲਾ ਕਾਰਡ ਹੈ ਨਹੀਂ ਜਾਂ ਕੋਈ ਦਾਣੇ ਨਹੀਂ ਮਿਲੇ ਜਾਂ ਇੱਦਾਂ ਦੇ ਕੋਈ ਮਤਲਬ ਜੇ ਕੋਈ ਬੰਦਾ ਰਹਿ ਵੀ ਗਿਆ ਹੋਵੇ, ਬਾਈ ਚਾਂਸ ਰਹਿ ਗਿਆ ਹੋਵੇ, ਉਹਨੂੰ ਨਹੀਂ ਮਿਲਿਆ ਹੋਵੇ, ਉਹ 2000 ਪੈਕਟ 1500 ਪੈਕਟ 1500 ਪੈਕਟ ਅੱਜ ਮੈਂ ਕਰਤਾਰਪੁਰ ਦੇ ਸਾਰੇ ਆਪਣੇ ਜਿੰਨੇ 15 ਵਾਰਡ ਹੈ ਉਹਨਾਂ ਦੇ ਵਿੱਚ ਮੈਂ 100-100 ਪੈਕਟ ਭੇਜ ਰਿਹਾ ਕਿ ਜਿਹੜਾ ਕੋਈ ਰਹਿੰਦਾ ਬੰਦਾ ਹੋਵੇ ਕੋਈ ਇਹ ਨਾ ਕਹੇ ਕਿ ਮਤਲਬ ਇਸ ਮਹਾਂਮਾਰੀ ਦੇ ਵਿੱਚ ਮੇਰੀ ਪੰਜਾਬ ਦੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ, ਕਿਉਂਕਿ ਮਦਦ ਤਾਂ ਸਾਡੀਆਂ NGOs ਨੇ ਵੀ ਬਹੁਤ ਕੀਤੀ ਹੈ, ਸਾਡੇ ਲਾਇਨਸ ਕਲੱਬ ਨੇ ਕੀਤੀ ਹੈ, ਹੋਰ ਸਾਡੇ ਜਿਹੜੇ ਸੰਤ ਮਹਾਰਾਜ ਦੇ ਡੇਰੇ ਆ ਮਤਲਬ ਰਾਧਾ ਸਵਾਮੀ ਜੀ ਦੇ ਡੇਰੇ ਨੇ ਬੜੀ ਮਦਦ ਕੀਤੀ ਹੈ, ਸੰਤ ਸਰਵਨ ਦਾਸ ਜੀ ਬੱਲਾਂ ਵਾਲੇ ਡੇਰੇ ਨੇ ਬਹੁਤ ਮਦਦ ਕੀਤੀ ਹੈ ਔਰ ਹੋਰ ਸਾਰੇ ਜਿਹੜੇ ਚੰਗੇ ਵਿਅਕਤੀ ਸੀ NRI ਭਰਾ ਸਾਡੇ ਉਹਨਾਂ ਨੇ ਬੜੀ ਮਦਦ ਕੀਤੀ ਆ, ਸਾਡੇ ਡਾਕਟਰ ਨਰਸਾਂ ਸਾਡੇ ਪੁਲਿਸ ਦੇ ਜਿਹੜੇ ਆਫਿਸਰਸ ਔਰ ਕਰਮਚਾਰੀ ਇਹਨਾਂ ਦੀ ਬਦੌਲਤ ਹੀ ਅੱਜ ਆਪਾਂ ਇੱਥੇ ਬਾਈਟ ਕਰ ਰਹੇ ਹਾਂ ਤਾਂ ਇਹਨਾਂ ਦੀ ਬਦੌਲਤ ਹੀ ਕਰ ਰਹੇ ਹਾਂ ਅਤੇ ਅੱਜ ਆਪਣਾ ਬਚਾਇਆ ਤਾਂ ਇਹ ਸਾਰਿਆਂ ਦੀ ਬਦੌਲਤ ਹੈ। ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਔਰ ਪੰਜਾਬ ਦੀ ਸਰਕਾਰ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੇ ਰਾਸ਼ਨ ਮੁਹੱਈਆ ਜਿਹੜਾ ਗਰੀਬ ਲੋਕਾਂ ਵਾਸਤੇ ਕੀਤਾ। ਸਰ ਜਿਸ ਤਰ੍ਹਾਂ ਕੱਲ੍ਹ ਆਜ਼ਾਦੀ ਦਿਵਸ ਹੈ ਇਹਦੇ ਮੌਕੇ ਤੁਸੀਂ ਇਸ ਮੌਕੇ ਤੇ ਤੁਸੀਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਆਜ਼ਾਦੀ ਦੇ ਦਿਵਸ ਤੇ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣਾ ਦੇਸ਼ ਜਦੋਂ ਆਜ਼ਾਦ ਹੋਇਆ ਸੀਗਾ ਤਾਂ ਉਦੋਂ ਜੋ ਪੰਜਾਬ ਦੇ ਵਿੱਚ ਹਾਲਾਤ ਸੀਗੇ, ਜੋ ਹਿੰਦੁਸਤਾਨ ਦੇ ਵਿੱਚ ਹਾਲਾਤ ਸੀਗੇ, ਅੱਜ ਬਹੁਤ 70 ਸਾਲ ਹੋ ਗਏ ਉਸ ਗੱਲ ਨੂੰ ਔਰ ਆਪਾਂ ਨੂੰ ਇਹ ਚਾਹੀਦਾ ਕਿ ਮਤਲਬ ਆਪਾਂ ਨੂੰ ਇੱਕ ਚੰਗਾ ਜਿਹੜਾ ਭਾਰਤ ਹੈ, ਚੰਗਾ ਪੰਜਾਬ ਹੈ, ਆਪਾਂ ਨੂੰ ਆਪਸੀ ਭਾਈਚਾਰਾ ਰੱਖ ਕੇ, ਆਪਾਂ ਨੂੰ ਸਮਾਜਿਕ ਜਿਹੜੀ ਊਚ ਨੀਚਾ ਨੂੰ ਖਤਮ ਕਰਕੇ ਆਪਾਂ ਨੂੰ ਇੱਕ ਚੰਗਾ ਜਿਹੜਾ ਆਪਣਾ ਦੇਸ਼ ਹੈ, ਆਪਣਾ ਪੰਜਾਬ ਹੈ, ਆਪਾਂ ਨੂੰ ਅਪਣਾਉਣਾ ਚਾਹੀਦਾ ਔਰ ਕੱਲ੍ਹ ਨੂੰ ਕਿਉਂਕਿ ਹੈਗਾ 15 ਅਗਸਤ ਹੈ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਇੱਕ ਚੁਣਾਵੀ ਵਾਅਦਾ ਵੀ ਸੀਗਾ ਇਹ ਜਿਹੜੇ ਮੋਬਾਈਲ ਫੋਨਾਂ ਦਾ ਔਰ ਉਹਨਾਂ ਨੇ ਮੋਬਾਈਲ ਫੋਨਾਂ ਦਾ ਵੀ 12 ਤਰੀਕ ਨੂੰ 1,73,000 ਮੋਬਾਈਲ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਵੰਡੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਜਿਹੜੀ ਸਾਰੀ ਪੜ੍ਹਾਈ ਹੈ ਜਿਹੜਾ ਅਨਲੌਕ 3 ਹੋ ਗਿਆ ਪਰ ਜਿਹੜੇ ਸਕੂਲ ਕਾਲਜ ਹੈ ਉਹ ਨਹੀਂ ਹਾਲੇ ਖੁੱਲ੍ਹੇ
और बच्चे जिहड़े आ ऑनलाइन जिहड़ी शिक्षा प्राप्त कर रहे हैं, क्लासा ऑनलाइन लग रही हैं, उहदे विच जिहड़े गरीब बच्चे आ उन्हां नूं बड़ी प्रॉब्लम हो रही सी और उन्हां दी प्रॉब्लम दूर करन वास्ते कैप्टन साहब ने फैसला किया कि इस वेले जिहड़ा हैगा गरीब बच्चों जिहड़े आ आ जिहड़े स्मार्टफोन जाण तां जो अपनी उन्हां दी जिहड़ी पढ़ाई दे विच कोई विघन ना पवे और अपना चंगा जिहड़ा फ्यूचर है भविख है अपनी जिहड़ी उन्होंने कोई अपना जिहड़ा टारगेट जां गोल उन्होंने जिहड़ा अपना फिक्स किया अपनी जिंदगी दे विच ਉਹ ਮੈਂ ਮਤਲਬ ਅਚੀਵ ਕਰਨ ਵਾਸਤੇ ਮੋਬਾਈਲ ਫੋਨ ਵੀ ਜਿਹੜੇ ਆ ਕੱਲ੍ਹ 15 ਅਗਸਤ ਦੇ ਮੌਕੇ 'ਤੇ ਮੈਂ ਆਪਣੇ ਹਲਕੇ ਦੇ ਵਿੱਚ ਵੰਡਣੇ ਸ਼ੁਰੂ ਕਰਨੇ ਆ। ਮੇਰੇ ਹਲਕੇ ਦੇ ਵਿੱਚ 22 ਸਕੂਲਾਂ ਵਿੱਚ ਮੋਬਾਈਲ ਫੋਨ ਆਏ ਆ। ਕਰਤਾਰਪੁਰ ਦੇ ਸਕੂਲ ਦੇ ਜਿਹੜੇ ਮੋਬਾਈਲ ਫੋਨ ਮੈਂ ਕੱਲ੍ਹ ਵੰਡੂੰਗਾ ਔਰ ਬਾਕੀ ਜਿਹੜੇ 21 ਸਕੂਲ ਆ ਮੈਂ ਉਹਨਾਂ ਸਕੂਲਾਂ ਵਿੱਚ ਜਾ ਕੇ ਮੈਂ ਨਾਲੇ ਬੱਚਿਆਂ ਨੂੰ ਫੋਨ ਵੰਡੂੰਗਾ ਨਾਲੇ ਉਹਨਾਂ ਨੂੰ ਮਤਲਬ ਆਪਣੇ ਵੱਲੋਂ ਮਤਲਬ ਜਿਹੜੀ ਆ ਮੁਬਾਰਕਬਾਦ ਵੀ ਦਊਂਗਾ। ਜੀ ਧੰਨਵਾਦ।